ਡੂੰਘਾ ਪਹਿਲਵਾਨ ਕੋਈ ਢਾ ਨਹੀਂ ਸਕਦਾ। ਇੱਕ ਵਾਰੀ ਉਹਦੇ ਪਿਓ ਨੇ ਢਵਾਇਆ ਸੀ ਅੰਗਰੇਜ਼ਾਂ ਕੋਲੋਂ। ਉਹ ਕਿਉਂ ਇਸ਼ਾਰਾ ਉਹ ਕਰਦਾ ਪਿਓ ਦੇ ਇਸ਼ਾਰੇ ਦਾ ਚੱਲਦਾ ਸੀ। ਅੱਛਾ ਜੀ। ਉਹਨੇ ਪੈਸੇ ਦਾ ਕੀ ਕੀਤਾ, ਉਹ ਜਦੋਂ ਉਹਨੇ ਢਾ ਲਿਆ ਨਾ ਤੇ ਫਿਰ ਉਹ ਸੱਲਾ ਪਏ ਲੋਕੀ, ਫਿਰ ਉਹ ਆਪਣੇ ਹੱਥਾਂ ਦੰਦੀਆਂ ਵੱਡੇ ਬਿੰਦ ਵਿੱਚ ਚੀਰ ਕੇ ਸਿੱਟਦੇ। ਹਾਂਜੀ ਬਾਬੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਦਰਸ਼ਨ ਸਿੰਘ। ਦਰਸ਼ਨ ਸਿੰਘ ਜੀ, ਇਹ ਕਿਹੜਾ ਪਿੰਡ ਸੀ ਜਿੱਥੇ ਤੁਹਾਡਾ ਜਨਮ ਹੋਇਆ? ਅਠਵਾਲ ਪਿੰਡ ਸੀਗਾ। ਅਠਵਾਲ? ਹਾਂਜੀ। ਕਿੱਥੇ ਸੀ ਜੇ ਕਿਸੇ ਨੂੰ ਸਮਝਾਉਣਾ ਹੋਵੇ? ਇਹ ਕਿੰਨਾ ਕੁ ਵੱਡਾ ਸਟੇਸ਼ਨ ਸੀਗਾ, ਉਹਦੇ ਹੁਸ਼ਿਆਰਪੁਰ ਤੋਂ 4 ਮੀਲ ਅਸੀਂ ਪਿੱਛੇ ਤੋਂ ਸੀ। ਇੱਧਰ ਨੂੰ ਜੰਮੂ ਵੱਲ ਨੂੰ ਇਹਦੇ ਪਾਸੇ ਨੂੰ ਜੰਮੂ ਤੋਂ 12 ਮੀਲ ਸੀ ਬਸ। ਪਹਾੜੀ ਇਲਾਕਾ ਸੀਗਾ? ਨਹੀਂ, ਸਾਡਾ ਪਹਾੜੀ ਨਹੀਂ ਬਿਲਕੁਲ ਪੱਧਰ। ਕਿਹੜਾ ਪਿੰਡ ਦੱਸਿਆ ਜੀ ਤੁਸੀਂ? ਅਠਵਾਲ। ਅਠਵਾਲ? ਅੱਛਾ, ਅਠਵਾਲ ਤਾਂ ਗੋਤ ਵੀ ਹੁੰਦੀ ਸ਼ਾਇਦ ਕੋਈ? ਸਾਡੀ ਗੋਤ ਵੀ ਅਠਵਾਲ ਹੀ ਹੈ। ਪਿੰਡ ਵੀ ਅਠਵਾਲ ਹੀ। ਅੱਛਾ, ਕਈ ਕਈ ਇੱਕ ਗੋਤ ਅਠਵਾਲ ਵੀ ਆ? ਨਹੀਂ ਉਹ ਨਹੀਂ, ਤੁਸੀਂ ਅਠਵਾਲ ਆ? ਅਠਵਾਲ। ਅੱਛਾ, ਅਠਵਾਲਾਂ ਦੇ ਕਿੰਨੇ ਕੁ ਪਿੰਡ ਸੀਗੇ ਜੀ ਉੱਥੇ? ਸਾਡੇ ਥੋੜ੍ਹੇ ਹੀ ਪਿੰਡ ਸੀ ਇੱਥੇ, ਇੱਧਰ ਵੀ ਖੁਰਦ ਵਰੇ ਆ ਕਿਤੇ ਬੱਚ ਕਿੱਟੀ ਚ ਕਵਾਂ ਥੋੜ੍ਹੇ ਆਬਾਦੀ ਆ। ਕਿਹੜੇ ਲੋਕ ਵੱਸਦੇ ਸੀ? ਪਿੰਡ ਛੋਟਾ ਹੀ ਸੀਗਾ ਤਾਂ ਆਬਾਦੀ ਵੀ ਥੋੜੀ ਸੀ। ਤੁਹਾਡੇ ਘਰ ਕਿੰਨੇ ਸੀ ਜੱਟਾਂ ਦੇ? ਸਾਡੇ ਜੱਟਾਂ ਦੇ ਘਰ 3 ਸੀ ਜੀ, ਤੇ 2 ਚੀਰਾਂ ਦੇ ਸੀ, 1 ਮਾਰਾਂ ਦਾ ਸੀ। ਹਿੰਦੂ? ਹਾਂਜੀ। ਮੁਸਲਮਾਨ ਕੋਈ ਨਹੀਂ? ਮੁਸਲਮਾਨ ਸੀਗੇ ਕਸ਼ਮੀਰੀ, ਉਹ ਤਾਂ ਜ਼ਮੀਨ ਜ਼ਮੂਨ ਨਹੀਂ ਸੀ ਉਹਨਾਂ ਦੀ, ਉੱਦਾਂ ਹੀ ਸੀਗੇ। ਉਹ ਕੀ ਕੰਮ ਕਾਰ ਕਰਦੇ ਸੀ? ਉਹ ਬਾਹਰ ਕਰਦੇ ਸੀ, 2 ਭਰਾ ਜਿਹੜੇ ਗਾਉਂਦੇ ਹੁੰਦੇ ਆਪੇ ਭਰਾ ਲਗਾਉਣ ਗਾਉਂਦੇ ਸੀਗੇ। ਹਾਂਜੀ। ਅਤੇ ਚੰਗੇ ਮਸ਼ਹੂਰ ਸੀਗੇ ਗਾਇਕ ਜਾਂ ਮਾੜੇ ਮੋਟੇ? ਨਹੀਂ, ਮਾੜੇ ਮੋਟੇ ਸੀਗੇ, ਉਹ ਤਾਂ ਜਵਾਨ ਚੰਗੇ ਸੀ। ਠੀਕ। ਲਾਲ ਮਿਰਚਾਂ ਨਾ ਜੀ, ਇਹਨਾਂ ਰਗੜ ਕੇ ਰੋਟੀ ਖਾਣੀ ਤੇ ਰੰਗ ਲਾਲ ਸੁਏ ਹੁੰਦੇ, ਜਵਾਨ ਵੀ ਬਹੁਤ ਸੀ। ਇਹ ਰੰਗ ਲਾਲ ਕਰਨ ਦਾ ਵਧੀਆ ਨੁਸਖਾ ਦੱਸਿਆ ਤੁਸੀਂ। ਹਾਂਜੀ, ਜਵਾਨ ਬਹੁਤ ਸੀ ਜੀ 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 ਜੀ। ਕੁੰਡੇ ਹੁੰਦੇ ਮਿੱਟੀ ਦੇ, ਉਹਨਾਂ ਨੇ ਬੀ ਮਾਰ ਕੇ ਰੋਟੀ ਖਾਣੀ। ਅੱਛਾ, ਜੇ ਲੱਸੀ ਲੈ ਆਉਣੀ ਫਿਰ ਘਰੋਂ ਥੋੜ੍ਹੀ ਜਿਹੀ ਬਾਹਰ। ਠੀਕ 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 ਠੀਕ। ਤੁਸੀਂ ਕੁਛ ਸੁਣਾਓ ਉੱਥੇ ਦੀ ਗੱਲਬਾਤ, ਵੀ ਜ਼ਮੀਨ ਕਿੰਨੀ ਕੁ ਸੀ ਤੁਹਾਡੀ ਉੱਥੇ? ਜ਼ਮੀਨ ਸਾਡੇ ਪਿੰਡ ਤਾਂ 200 ਕਿੱਲਾ ਸੀ ਅਤੇ 100 ਕਿੱਲਾ ਸਾਡੇ ਕੋਈ, 100 ਦੂਜੇ ਘਰ ਕੋਈ। ਉਹ ਵੀ ਅਠਵਾਲ ਹੀ ਸੀਗੇ? ਉਹ ਬਾਜਵੇ। ਅੱਛਾ, ਅੱਧਾ ਅਠਵਾਲਾਂ ਕੋਲ ਸੀ, ਅੱਧਾ ਬਾਜਵਿਆਂ ਕੋਲ ਸੀ। ਠੀਕ ਜੀ ਠੀਕ। ਤੁਹਾਡੇ ਖੇਤ ਲਹਿੰਦੇ ਪਾਸੇ ਚੜ੍ਹਦੇ ਪਾਸੇ ਕਿੱਧਰ ਨੂੰ ਸੀਗੇ? ਚਾਰੇ ਤਰਫ ਹੀ ਸੀਗੇ। ਚਾਰੇ ਤਰਫ ਸੀਗੇ। ਖੂਹ ਵਗੈਰਾ ਸੀਗੇ ਜੀ ਲੱਗੇ? ਉਹ ਖੂਹ ਸੀ। ਤੁਸੀਂ ਵੀ ਆਪ ਹੀ ਖੇਤੀ ਕਰਦੇ ਰਹੇ ਹੁਣੇ ਉੱਥੇ? ਆਪ ਹੀ ਕਰਦੇ ਹਾਂ। ਕਿੰਨੀ ਉਮਰ ਸੀ ਤੁਹਾਡੀ ਤੁਹਾਡੀ ਜਦੋਂ ਆਹ ਸਾਰਾ ਕੁਛ ਹੋਇਆ ਵਾਪਰਿਆ? ਮੈਂ 17 ਸਾਲ ਦਾ। ਤੁਸੀਂ ਜਵਾਨ ਸੀਗੇ ਜੀ। ਹਾਂਜੀ। ਅਤੇ ਬਜ਼ੁਰਗ, ਉੱਧਰਲੇ ਨੇੜੇ ਤੇੜੇ ਦੇ ਕੋਈ ਪਿੰਡਾਂ ਦੇ ਨਾਂ ਦੱਸ ਦਿਉ ਜਿਹੜੇ ਆਸੇ ਪਾਸੇ ਪਿੰਡ ਲੱਗਦੇ ਸੀ। ਆਸੇ ਪਾਸੇ ਲੱਗਦੇ ਇੱਕ ਵੜਿਆਂ ਪਿੰਡ ਆ। ਕਿਹੜਾ ਜੀ? ਵੜਿਆਂ। ਅੱਛਾ ਜੀ। ਅਤੇ ਇੱਕ ਢੂੰਡਾ ਪਿੰਡ ਸੀ। ਢੂੰਡਾ? ਮੁਸਲਮਾਨਾਂ ਜੀ, ਮੁਸਲਮਾਨਾਂ ਦਾ ਸੀ? ਮੁਸਲਮਾਨਾਂ ਦਾ। ਅੱਛਾ ਜੀ। ਇੱਕ ਵਿੰਜਲ ਪਿੰਡ ਸੀ, ਉਹ ਵੀ ਸਾਰਾ ਮੁਸਲਮਾਨ ਦਾ ਇੱਕ ਅੱਧਾ ਘਰ ਸੀ ਉੱਥੇ। ਵਿੰਜਲ? ਹਾਂ, ਬਹੁਤ ਵੱਡਾ ਪਿੰਡ ਸੀ ਵਿੰਜਲ। ਠੀਕ ਹੈ। ਟਰੋਲੀਆਂ ਦੀ ਟਰੋਲੀ ਜਿੱਡਾ ਸੀਗਾ? ਹਾਂਜੀ। ਹੋਰ ਜੀ? ਹੋਰ ਵੀ ਅਸੀਂ ਇੱਦਾਂ ਕੋਟ ਪਿੰਡ ਸੀ ਇੱਥੇ ਸਾਡੇ ਲਾਗੇ। ਕੋਟ? ਹਾਂਜੀ। ਠੀਕ ਜੀ ਠੀਕ ਠੀਕ ਠੀਕ। ਅਤੇ ਜਿਹੜੇ ਮੁਸਲਮਾਨ ਸੀਗੇ ਵਿੰਜਲ ਦੇ? ਹਾਂਜੀ, ਉਹ ਖੇਤੀ ਕਰਦੇ ਜੱਟ ਸੀ ਵਿੱਚ। ਉਹ ਵੀ ਜੱਟ ਸੀਗੇ? ਹਾਂਜੀ। ਕਿਹੜੀ ਗੋਤ, ਇਹ ਨਹੀਂ ਪਤਾ ਹੋਣਾ? ਇਹ ਨਹੀਂ ਪਤਾ। ਤੁਹਾਡੇ ਨਾਲ ਉਹਨਾਂ ਦੀ ਕਿੱਦਾਂ ਦੀ ਸਾਂਝ ਸੀਗੀ? ਬਹੁਤ ਵਧੀਆ ਸਾਂਝ ਸੀ। ਵਿਆਹ ਸ਼ਾਦੀ ਵਿੱਚ ਛੋਹ ਬਹੁਤ ਖੁਸ਼ੀ ਚੱਲਦੀ। ਹਾਂਜੀ। ਛੋਹ ਰੋਟੀ ਵੀ ਹੱਥ ਲੱਗ ਗਿਆ ਮੁਸਲਮਾਨ ਰੋਟੀ ਸਿੱਟਦੇ, ਛੋਹ ਸੀਗੀ ਉੱਥੇ, ਛੋਹ ਗਈ ਹੈ। ਅਤੇ ਉੱਦਾਂ ਉਹ ਕੱਚੀ ਰੋਟੀ ਜਿਹੜੀ ਵਿਆਹ ਸ਼ਾਦੀ ਚੌਲ ਘਿਓ ਦੁੱਧ ਰਾਸ਼ਨ ਪਾਣੀ ਦੇ ਦੇਣਾ ਤੁਹਾਨੂੰ ਬਸ ਉਹ ਦੇ ਦੇਣਾ ਕਿ ਆਪ ਬਣਾਓ? ਹਾਂ, ਅਤੇ ਉਹਨਾਂ ਦਾ ਸਾਡੇ ਹੋਵੇ ਤਾਂ ਫਿਰ ਉਹਨਾਂ ਨੂੰ ਦੇ ਉਹ ਵੀ ਲੈ ਜਾਂਦੇ। ਉਹ ਵੀ ਇਵੇਂ ਲੈ ਜਾਂਦੇ ਸੀ? ਹਾਂਜੀ। ਕੁਝ ਨਾਂ ਚੇਤੇ ਆ ਜੀ?
ਬਿੰਜਲ ਦੇ ਮੁਸਲਮਾਨਾਂ ਦੇ ਜਾਂ ਜਿਹੜਾ ਦੂਜਾ ਪਿੰਡ ਤੁਸੀਂ ਦੱਸਿਆ ਉਹਨਾਂ ਦੇ ਮੁਸਲਮਾਨਾਂ ਦੇ? ਇਹ ਸਾਡੇ ਪਿੰਡ ਦੇ ਦੋ ਤਿੰਨ ਜ਼ਹਿਰ ਨਾਲ ਲੋਕੀ ਦੀ ਆ, ਪਿੰਡ ਵਾਲਿਆਂ ਦੇ ਦੱਸੋ। ਪਿੰਡ ਵਾਲੇ ਜੀ ਹੈਗੇ ਸੀ, ਇੱਕ ਸੀਗਾ ਘਰ ਕਸ਼ਮੀਰੀਆਂ ਦਾ, ਕਸ਼ਮੀਰੀ ਕੀ ਨਾਂ ਕੀ ਸੀ ਉਹਨਾਂ ਦੇ ਭਰਾਵਾਂ ਦੇ ਜਿਹੜੇ ਗਾਉਂਦੇ ਸੀ? ਇੱਕ ਦਾ ਨਾਂ ਹੁਸੈਨ ਸੀ, ਇੱਕ ਦਾ ਨਾਂ ਸੀਗਾ ਹੁਸੈਨ ਤੇ ਹੁਸੈਨ ਤੇ ਨਵਾਬ, ਨਵਾਬ ਸੀਗੇ ਦੋ ਭਰਾ ਸੀਗੇ। ਤੀਜਾ ਘਰ ਜਿਹੜੇ ਮਹਿੰਗਾ ਸੀ ਨਾਂ ਉਹਦਾ, ਮੁਸਲਮਾਨ ਦਾ ਨਾਂ ਮਹਿੰਗਾ ਸੀ, ਮਹਿੰਗਾ ਜੀ ਜੀ। ਭਰਾ ਜਿਹੜੇ ਉਹ ਫੌਜ ਸੈਦਾ ਸੀ, ਸੈਦਾ ਹਾਂਜੀ ਫੌਜ 'ਚ ਸੀਗਾ ਉਹ, ਫੌਜ 'ਚ। ਠੀਕ ਠੀਕ, ਇਹਨਾਂ ਨਾਲ ਤੁਹਾਡੀ ਸਾਂਝ ਚੰਗੀ ਸੀਗੀ ਜੀ? ਹੋਰ ਜੀ ਭਰਾਵਾਂ ਚੱਲਦੇ। ਠੀਕ ਆ, ਕੋਈ ਮੇਲਾ ਲੱਗਦਾ ਸੀ ਜੀ ਨੇੜੇ ਤੇੜੇ? ਮੇਲਾ ਮੇਲਾ ਲੱਗਦਾ ਕੋਟ ਵਿਸਾਖੀ ਦਾ। ਕਿੱਥੇ ਜੀ? ਕੋਟ ਪਿੰਡ ਜਿਹੜਾ ਸਾਡੇ ਕੋਲ ਹੀ, ਕੋਟ ਕੋਟ ਹਾਂ ਜੀ ਜੀ। ਉੱਥੇ ਇੱਥੇ ਬੈਠੇ ਨੇ ਦੋ ਘਰ, ਕੋਟ ਦੇ ਇੱਥੇ ਵੀ ਆਏ ਆ? ਹਾਂਜੀ। ਉਹ ਕਿਹੜੀ ਗੋਦ ਦੇ ਸੀਗੇ ਕੋਟ ਵਾਲੇ? ਉਹ ਵੀ ਬਾਜਵੇ, ਉਹ ਵੀ ਬਾਜਵੇ। ਚੰਗਾ ਤਕੜਾ ਮੇਲਾ ਲੱਗਦਾ ਸੀਗਾ ਜੀ? ਚੰਗਾ ਵਿਸਾਖੀ ਦਾ, ਵਿਸਾਖੀ ਦਾ ਮੇਲਾ ਲੱਗਦਾ ਸੀ। ਠੀਕ ਹੈ ਜੀ। ਉਹਨਾਂ ਮੇਲਿਆਂ 'ਤੇ ਆਮ ਤੌਰ 'ਤੇ ਮਤਲਬ ਸਾਰੀਆਂ ਬਰਾਦਰੀਆਂ ਸਾਰੇ ਧਰਮਾਂ ਦੇ ਲੋਕ ਜਾਂਦੇ ਹੋਣੇ, ਸਾਰੇ ਇਕੱਠੇ? ਤੁਹਾਡਾ ਕੋਈ ਤਾਂ ਘੁੰਮਦੇ ਆ ਫਿਰ, ਜਾਂ ਕੋਈ ਮੁਸਲਮਾਨ ਸੱਜਣ ਵੀ ਬਣਿਆ ਸੀ ਤੁਹਾਡੇ ਖਾਨ ਦਾ? ਨਹੀਂ ਦੋਸਤ, ਨਹੀਂ ਕੋਈ ਆਉਣਾ ਜਾਣਾ ਸੀਗਾ, ਆਉਣਾ ਜਾਣਾ ਸੀਗਾ ਜੀ। ਠੀਕ, ਕੋਈ ਤੁਹਾਡਾ ਜਠੇਰਿਆਂ ਦਾ ਮੇਲਾ ਵੀ ਲੱਗਦਾ ਸੀਗਾ? ਜਠੇਰਿਆਂ ਦਾ ਮਲੀਆਂ ਦਾ ਲੱਗਦਾ ਸੀ, ਸਾਡਾ ਸੀਗਾ ਮਲੀਆਂ ਦਾ ਲੱਗਦਾ ਸੀ, ਤੁਹਾਡਾ ਨਹੀਂ? ਮਲੀਆਂ। ਠੀਕ ਠੀਕ, ਅਤੇ ਬਾਬਾ ਜੀ ਰੌਲੇ ਪਏ ਆ, ਪਾਕਿਸਤਾਨ ਬਣ ਗਿਆ, ਉਦੋਂ ਦੀ ਕਹਾਣੀ ਸੁਣਾਓ ਵੀ ਤੁਸੀਂ ਕਿੱਦਾਂ ਪਿੰਡ ਛੱਡਿਆ, ਪੂਰੀ ਕਹਾਣੀ ਸੁਣਾਓ। ਉਦੋਂ ਪਿੰਡ ਛੱਡਿਆ ਜੀ ਤਾਂ ਵੱਢਣ ਆਉਂਦੇ ਤੁਰ ਪਏ, ਚੱਕਰੇ ਭਾਂਡਾ ਚੱਕਰ ਨਹੀਂ ਦਿੱਤਾ। ਤਾਂ ਤੁਹਾਡੇ ਪਿੰਡ ਤੱਕ ਆਏ ਸੀਗੇ ਵੱਢਣ ਵਾਲੇ? ਹੋਰ ਜੀ। ਕਿਹਨਾਂ ਪਿੰਡਾਂ ਤੋਂ ਆਏ ਇਹ? ਉਹ ਚੰਦੜ ਪਿੰਡ ਸੀ ਇੱਕ, ਉੱਥੇ ਸੀਗੇ ਆਏ ਚੰਦੜ ਦੇ। ਹਾਂ, ਉੱਥੇ 500 ਬੰਦਾ ਉਹਨਾਂ ਦਾ ਇਕੱਠਾ ਹੋਇਆ ਸੀ, ਸਾਡੇ 60-70 ਇੱਧਰ ਸਿੱਖ। ਮਤਲਬ ਬਿੰਜਲ ਵਾਲੇ ਨਹੀਂ ਆਏ ਨਾ ਕੋਟ ਵਾਲੇ ਆਏ? ਨਹੀਂ, ਬਿੰਜਲ ਨਹੀਂ ਆਏ, ਕੋਟ ਵਿੱਚ ਆਏ ਨਹੀਂ ਸੀ ਮੁਸਲਮਾਨ ਕੋਈ। ਕਿਹੜਾ ਪਿੰਡ ਦੱਸਿਆ ਤੁਸੀਂ? ਇੱਕ ਪਿੰਡ ਹੋਰ ਸੀ ਮੁਸਲਮਾਨਾਂ ਦਾ, ਮੁਸਲਮਾਨਾਂ ਦਾ ਇੱਕ ਸੈਦਾ ਪਿੰਡ ਸੀ, ਉਹ ਨਹੀਂ ਆਏ? ਨਹੀਂ, ਸਾਰੇ ਇਕੱਠੇ ਹੋਏ ਮੁਸਲਮਾਨ ਤੇ। ਅੱਛਾ ਜੀ, ਕਾਫੀ ਇਕੱਠੇ ਆਏ, ਇਕੱਠੇ ਉਹਨਾਂ ਆਏ ਵੱਢਣ ਵਾਸਤੇ। ਇਹ ਮੋਹਰੇ 60-70 ਬੰਦੇ ਸਿੱਖਾਂ ਦੇ ਪੈ ਗਏ ਜੀ, ਇਹਨਾਂ ਨੇ ਫਿਰ ਭਜਾਏ, ਫਿਰ ਚੰਦੜ ਪਿੰਡ ਜਾ ਕੇ ਅੱਗ ਵੀ ਲਾ ਦਿੱਤੀ ਇਹਨਾਂ। ਚੰਦੜ ਪਿੰਡ? ਠੀਕ ਹੈ ਜੀ। ਉੱਥੇ ਅੱਗ ਲਾ ਦਿੱਤੀ ਫਿਰ। ਠੀਕ, ਫਿਰ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੁਹਾਡੇ ਪਿੰਡ ਦੇ ਬੰਦਿਆਂ ਦਾ? ਨਹੀਂ, ਬੰਦੇ ਆ ਗਏ ਠੀਕ ਠਾਕ। ਪਿੰਡ ਕਿਸ ਵੇਲੇ ਛੱਡਿਆ ਸੀਗਾ ਜੀ, ਸ਼ਾਮ ਸੀ ਰਾਤ ਵੇਲੇ? ਨਾ ਸ਼ਾਮ ਵੇਲੇ, ਰਾਤ ਵੇਲੇ, ਜਦੋਂ ਆ ਜਾਂਦੇ ਅਗਲੇ ਵੱਡੇ ਲੈ ਪੰਜ ਮਿੰਟ ਦੇ ਲੈ ਕੇ ਥੋੜ੍ਹਾ ਕੁਝ ਤੁਰੇ ਆ। ਕੋਈ ਸਮਾਨ ਨਹੀਂ ਚੁੱਕਿਆ? ਕੋਈ ਚੀਜ਼ ਨਹੀਂ, ਗੱਡੇ ਉੱਦੋਂ ਹੀ ਰਹਿ ਗਏ, ਬਾਲ ਦੁੱਧੇ ਰਹਿ ਗਏ, ਕੋਈ ਉੱਦੇ ਹੀ ਰਹਿ ਗਿਆ। ਘਰ ਪੱਕਾ ਸੀ ਜਾਂ ਕੱਚਾ ਸੀ ਤੁਹਾਡਾ? ਉਹ ਕੱਚੇ ਹੀ ਹੁੰਦੀ ਜ਼ਿਆਦਾ, ਜ਼ਿਆਦਾ ਘਰ ਕੱਚੇ ਸੀਗੇ। ਕਿਸੇ ਦਾ ਪੱਕਾ ਸੀਗਾ? ਕਿਸੇ ਦਾ? ਕਿਸੇ ਦਾ ਪੱਕਾ ਹੋਵੇ, ਸਾਰੇ ਕੱਚੇ ਹੀ ਹੁੰਦੇ, ਕੱਚੇ ਸੀ। ਤੁਸੀਂ ਬਸ ਫਿਰ ਪਿੰਡ ਛੱਡ ਦਿੱਤਾ? ਪਿੰਡ ਵਿੱਚ ਰਹਿਣਾ ਪੈ ਗਿਆ। ਤਾਂ ਪਿੰਡ ਛੱਡ ਕੇ ਫਿਰ ਕਿੱਥੇ ਗਏ ਜੀ? ਇੱਕ ਪਸਰੂਰ ਪਿੰਡ ਸਾਡੇ ਲਾਗੇ। ਪਸਰੂਰ ਤਾਂ ਕਾਫੀ ਤਕੜਾ ਕਸਬਾ ਹੋਣਾ ਜੀ। ਆਹੋ, ਉੱਥੇ ਕਾਫੀ ਹੋਏ ਉਹ ਸਾਰੇ, ਜਦੋਂ ਉੱਥੇ ਕੈਂਪ ਲੱਗ ਗਿਆ ਉਹਨਾਂ ਦੇ, ਫਿਰ ਛੋਟੇ ਜਿਹੜੇ ਸਾਡੇ ਸਟਾਰੇ ਬੋਏ ਉੱਚੀ ਪਿੰਡਰੀ ਜੀ, ਨਰਵਾ ਆ ਕੇ ਲੱਗੇ ਫਿਰ ਮਰਵਾਉਣ ਸਾਨੂੰ ਨਰਵਾਲ। ਇਹ ਪੂਰੀ ਕਹਾਣੀ ਸੁਣਾਓ ਕਿੱਦਾਂ ਹੋਈ ਸੀ। ਨਰਵਾ ਲੱਗੇ ਵੱਢਣ, ਅਤੇ ਫਿਰ ਉਹਨੇ ਕੀਤਾ ਸੀ ਇੱਕ ਜਹਾਜ਼ ਲੰਘਿਆ ਸਾਡੇ ਸਿਰ ਤੋਂ ਜੀ ਜੀ। ਉਹ ਜਹਾਜ਼ ਜਿਹੜਾ ਸੀ ਨਾ, ਉਹਦੇ ਵਿੱਚੋਂ ਜਿਹੜੇ ਮਦਰਾਸੀ ਜਿਹੇ ਹੁੰਦੇ ਨੇ ਘਰ ਸਿਰ 'ਤੇ ਪਾਏ ਹੁੰਦੇ ਨੇ ਲੋਹੇ ਚੋ ਜੀ ਜੀ, ਇਹ ਉਤਰਿਆ ਦਵਾਟ। ਅਜੇ ਉਹਨਾਂ ਦੇ ਕੈਂਪ ਸਾਡੇ ਲਾਗੇ ਆਉਣ ਨਹੀਂ ਲੱਗਾ ਸੀ ਵੱਢਣ ਲਈ। ਅੱਛਾ ਅੱਛਾ, ਫਿਰ ਉਹਨਾਂ ਨੇ ਆਖਿਆ ਕੋਈ ਨਹੀਂ, ਫਿਕਰ ਨਾ ਕਰੋ, ਉਹਨਾਂ ਗੋਲੀ ਚਲਾ ਮਾਰੇ 5-4 ਬੰਦੇ ਮੁਸਲਮਾਨ। ਇਹ ਤੁਹਾਡੇ ਦੇਖਣ ਦੀਆਂ ਗੱਲਾਂ ਆ ਜੀ? ਹਾਂਜੀ, ਨਾਰੋਵਾਲ ਦੀ ਗੱਲ ਆ, ਨਾਰੋਵਾਲ ਦੀ। ਉਹ ਤੁਹਾਡੇ 'ਤੇ ਹਮਲਾ ਹੋਣ ਲੱਗੇ, ਕਾਫੀ ਲੋਕ ਇਕੱਠੇ ਹੋ ਕੇ ਆਏ ਸੀ? ਬਹੁਤ, ਉਹ ਪੈਂਦੇ ਮਹਿੰਦੀ ਸ਼ਾਹ ਦਾ ਇੱਕ ਜਥਾ ਸੀ ਬਾਰਡਰ ਤੋਂ ਪਰੇ। ਹਾਂ, ਮਹਿੰਦੀ ਸ਼ਾਹ ਦਾ, ਮਹਿੰਦੀ ਸ਼ਾਹ ਦਾ ਉਹ ਇਕੱਠੇ ਹੋ ਕੇ ਪੈ ਜਾਂਦੇ। ਇਹ ਮਹਿੰਦੀ ਸ਼ਾਹ ਜਿਹੜਾ ਸੀ ਕਿੱਥੇ ਦਾ ਸੀਗਾ ਪਤਾ ਕੁਛ? ਇਹ ਨਹੀਂ ਪਤਾ ਪਿੰਡ ਦਾ, ਪਰ ਨਾਂ ਉਹਦਾ ਮਸ਼ਹੂਰ ਸੀ, ਨਾਂ ਉਹਦਾ ਸਾਰਾ ਦਹਿਸ਼ਤ ਸੀ ਆਮ ਤੁਹਾਡੇ ਤੁਹਾਡੇ ਮਨਾਂ 'ਚ ਡਰ ਸੀ ਬਹੁਤ ਜ਼ਿਆਦਾ। ਅੱਛਾ ਅੱਛਾ, ਉਹਨੇ ਇੱਕ ਬਾਜ਼ਾਰ ਜਿਹੜਾ ਨਹੀਂ ਜਿੱਦਾਂ ਸਾਡੇ ਸੜਕਿਆ, ਬਾਜ਼ਾਰ ਦੇ ਵਿੱਚ ਪਾਣੀ ਛੱਡ ਕੇ ਵਿੱਚ ਕੱਚ ਤੋੜਿਆ, ਵਿੱਚ ਛਾਪੇ ਸੁੱਟੇ, ਉਹਦੇ ਬੇਦੀ ਸਾਨੂੰ ਆ ਕੇ ਮਰਵਾਉਣੇ ਸੀ। ਅੱਛਾ, ਫਿਰ ਮਿੰਟਰੀ ਆ ਗਈ ਕਰਕੇ ਬਚ ਗਏ।
ਦੇਖੋ ਬੰਦਾ ਕਿੰਨੀ ਮਿਹਨਤ ਕਰ ਰਿਹਾ ਸੀ, ਕਾਹਦੇ ਲਈ? ਕਤਲ ਕਰਨ ਲਈ, ਨਿਰਦੋਸ਼ ਬੰਦਿਆਂ ਨੂੰ ਮਾਰਨ ਲਈ। ਉੱਥੇ ਬੜੇ ਰਹਿ ਗਏ ਕਈਆਂ ਦੇ, ਜਿਹੜੇ ਬੜੇ ਲੈ ਕੇ ਚੱਕੇ ਨਹੀਂ ਨਿਕਲ ਜਾਂਦਾ ਉੱਥੇ ਛੱਡ ਆਏ। ਤੁਹਾਨੂੰ ਕੋਈ ਯਾਦ ਆ ਕਿਹਨਾਂ ਦੇ ਬਜ਼ੁਰਗ ਰਹਿ ਗਏ, ਕਿਹੜੇ ਪਿੰਡ 'ਚ ਰਹਿ ਗਏ? ਇੱਦਾਂ ਤਾਂ ਨਹੀਂ ਯਾਦ, ਰਹਿ ਗਏ ਕੈਂਪ ਦਾ ਵੀ, ਕੈਂਪ ਦੇ ਵਿੱਚ, ਕੈਂਪ ਜਿਹੜਾ ਸੀ ਤੋਰਿਆ ਨਾਲ ਦੇ ਵਿੱਚ ਬਾਜ਼ਾਰ ਇੱਕ ਦੇ ਵਿੱਚ ਛਾਪੇ ਸਿੱਟ ਕੇ, ਵਿੱਚ ਕੱਚ ਸਿੱਟ ਕੇ, ਵਿੱਚ ਗਾਰਾ ਜਿਹਾ ਕਰਕੇ ਉਹਦੇ ਬੇਦੀ ਨਿਗਾ ਕੇ ਬਾਹਰ ਨਹੀਂ ਸਾਰੇ। ਠੀਕ ਠੀਕ। ਉਹ ਬਲੋਚੀ ਨਾ ਮਿੰਟਰੀ, ਡੋਗਰਾ ਡੋਗਰਾ, ਹਾਂ ਬਲੋਚ ਨਹੀਂ ਬਲੋਚੀ ਮਿੰਟਰੀ ਜਿਹੜੀ ਸੀ ਨਾ, ਉਹ ਖੜਿਆ ਤਾਂ ਉਹਨਾਂ ਸੀ ਪਹਿਲਾਂ ਜੀ ਜੀ, ਫਿਰ ਜਦ ਮਰਵਾਉਣ ਲੱਗੇ ਫਿਰ ਤਾਂ ਜਹਾਜ਼ 'ਚ ਪੈਦੇ ਚਲੇ ਗਏ। ਬਜ਼ੁਰਗ ਉੱਥੇ ਰਹਿ ਗਏ, ਬਜ਼ੁਰਗ ਉਹ ਤੁਹਾਡੇ ਪਿੰਡ ਦਾ ਰਹਿ ਗਿਆ ਹੋਵੇ? ਸਾਡੇ ਪਿੰਡ ਦਾ ਸੀ, ਨਹੀਂ ਰਿਹਾ। ਅੱਛਾ, ਤੁਸੀਂ ਸਹੀ ਸਲਾਮਤ ਆ ਗਿਆ ਜੀ? ਬਸ ਸਹੀ ਸਲਾਮਤ, ਇੱਦਾਂ ਹੀ ਆ ਗਏ ਜਿੱਦਾਂ ਹੁਣ ਬੈਠੇ ਹਾਂ, ਇੱਦਾਂ ਖਾਲੀ ਖਾਲੀ ਆ ਗਏ ਬਸ। ਖਾਲੀ ਘਰ ਯਾਦ ਆ, ਪਿੰਡ ਯਾਦ ਆ, ਅੱਜ ਵੀ ਪਿੰਡ ਯਾਦ ਆ ਜੀ, ਜ਼ਮੀਨ ਖੂਹ ਸਭ ਯਾਦ, ਸਭ ਅੱਖਾਂ ਜਾਂਦੇ ਨੇ ਉੱਦਾਂ ਹੀ, ਅੱਖਾਂ ਮੀਟ ਕੇ ਤਾਂ ਫਿਰ ਕਦੀ ਕਦੀ ਦਰਸ਼ਨ ਕਰ ਲੈਂਦੇ ਹੋਣੇ ਆ ਪੁਰਾਣੇ ਪਿੰਡ ਦੇ। ਦਰਸ਼ਨ ਕੀ ਕਰਨੇ, ਕਦੀ ਮੌਕਾ ਮਿਲਿਆ ਜਾਂ ਕਦੀ ਕੋਸ਼ਿਸ਼ ਕੀਤੀ ਵੀ ਆਪਣਾ ਪੁਰਾਣਾ ਪਿੰਡ ਦੇਖਿਆ ਜਾਵੇ? ਅਸੀਂ ਗਏ ਨਹੀਂ ਜਾਂਦੇ, ਹਾਂ ਮੁੜ ਕੇ ਰੁੱਕ ਘਰ ਰੁੱਕਾ ਬਣਾ ਕੇ ਪਾਸਪੋਰਟ ਦੇ। ਕੋਈ ਤੁਹਾਡੇ ਪਿੰਡ ਦਾ ਗਿਆ ਜੀ ਉੱਧਰ? ਨਹੀਂ ਜੀ, ਨਹੀਂ ਗਿਆ। ਠੀਕ ਹੈ ਠੀਕ ਹੈ। ਫਿਰ ਤੁਸੀਂ ਬਾਰਡਰ ਟੱਪਿਆ ਜੀ ਡੇਰਾ ਬਾਬਾ ਨਾਨਕ ਜੀ ਦੇ ਕੋਲੋਂ, ਹੈ ਨਾ ਜੀ? ਹਾਂਜੀ। ਫਿਰ ਤੁਸੀਂ ਕਿੱਥੇ ਗਏ, ਅੰਮ੍ਰਿਤਸਰ? ਨਹੀਂ ਜੀ, ਉੱਥੇ ਇੱਕ ਵਾਣਾ ਪਿੰਡ ਸੀ, ਉੱਥੇ ਜਾ ਕੇ ਡੇਰਾ ਲਾ ਲਿਆ ਚਾਰ ਦਿਨ। ਕਿਹੜਾ ਪਿੰਡ ਸੀ? ਵਾਣਾ ਪਿੰਡ ਸੀ, ਮੁਸਲਮਾਨਾਂ ਬੜਾ ਵੱਡਾ ਪਿੰਡ ਸੀ ਵਾਣਾ। ਉੱਥੇ ਮਿਰਚਾਂ ਮੁਰਚਾਂ ਸਬਜ਼ੀਆਂ ਬੜੀਆਂ, ਉੱਥੇ ਚਾਰ ਕੁ ਦਿਨ ਰਹਿ ਗਏ ਅਤੇ ਫਿਰ ਅਸੀਂ ਆ ਗਏ ਬਟਾਲੇ ਦੇ ਕੋਲ, ਭੂਮੋਈ ਪਿੰਡ ਆ ਜੀ, ਉੱਥੇ ਆ ਗਏ। ਉੱਥੋਂ ਮੁੜ ਕੇ ਫਿਰ ਸਾਡੀ ਜ਼ਮੀਨ ਪੈ ਗਈ ਲੇਸਰੀ ਵਾਲੇ, ਲੇਸਰੀ ਵਾਲ, ਠੀਕ ਹੈ ਜੀ। ਨਾ ਲੇਸਰੀ ਵਾਲੇ ਨੇ ਦਰੀਏ ਪਈ, ਦਰੀਆ ਦਰੀਆ ਉੱਥੇ ਹੈਗਾ ਇੱਥੇ ਆਦੀ ਖੀ ਕਪੂਰਥਲੇ, ਕਪੂਰਥਲੇ ਕੋਲ, ਠੀਕ ਹੈ ਜੀ। ਉੱਥੋਂ ਅਸੀਂ ਚੌਥੀ ਵਾਰੀ ਇੱਥੇ ਆਏ ਹਾਂ, ਚੌਥੀ ਵਾਰੀ ਆ ਕੇ ਤੁਸੀਂ ਢੰਡੋਰ ਵੱਸ ਗਏ। ਕਦੀ ਢੰਡੋਰ ਬਾਰੇ ਪਤਾ ਲੱਗਾ ਜੀ ਵੀ ਕਿਹਨਾਂ ਦਾ ਪਿੰਡ ਸੀ ਇਹ? ਚਿਰਾਗ ਇੱਕ ਮੁਸਲਮਾਨ ਸੀ, ਉਹ ਮਸ਼ਹੂਰੀ ਬਹੁਤ ਸੀ ਇਹਨਾਂ ਪਿੰਡਾਂ 'ਚ। ਚਿਰਾਗ ਦਾ ਪੂਰਾ ਨਾਂ ਆ ਜੀ, ਹੁਣ ਵੀ ਬਜ਼ੁਰਗਾਂ ਨੂੰ ਪਤਾ। ਹਾਂਜੀ, ਚਿਰਾਗ ਜਿਹੜਾ ਉਹ ਸੀਗਾ ਰਾਜਪੂਤ ਸੀ, ਉਹ ਮੁਸਲਮਾਨ ਸੀਗਾ। ਕਦੀ ਕੋਈ ਪੁਰਾਣੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਕਿੱਦਾਂ ਦਾ ਬੰਦਾ ਸੀ? ਬੰਦਾ ਬਹੁਤ ਖਰਾਬ ਸੀ, ਉਹਦੇ ਕੋਲ ਘੋੜੀ 'ਤੇ ਚੜ੍ਹ ਕੇ ਲੰਘਣ ਨਹੀਂ ਦਿੰਦਾ ਇੱਥੇ ਪਿੰਡ ਦੇ। ਅੱਛਾ, ਕਿਹਨੂੰ ਲੰਘਣ ਨਹੀਂ ਦਿੰਦਾ ਸੀ? ਠੀਕ, ਉਹਦਾ ਪਰਿਵਾਰ ਸਾਰਾ ਸਹੀ ਚੱਲ ਗਿਆ ਸੀ, ਕੋਈ ਰਹਿ ਵੀ ਗਿਆ ਇੱਥੇ? ਚਲੇ ਗਿਆ ਸੀ ਜੀ, ਉਹਦਾ ਫੋਨ ਵੀ ਇੱਦਾਂ ਚਿੱਠੀਆਂ ਵੀ ਆਉਂਦੀਆਂ ਰਹੀਆਂ ਸਾਡੇ ਪਿੰਡ ਦੇ ਬੰਦੇ ਜਿਹੜੇ ਜੱਦੀ ਬੋਸਤੀ ਇੱਥੇ ਦੇ ਸੀ। ਹਾਂਜੀ ਠੀਕ ਠੀਕ। ਉਹਦੇ ਕੋਲ ਬਲੋਚੀ ਮਿੰਟਰੀ ਉਹਨੇ ਰੱਖੀ ਸੀ ਆਪ ਜੀ ਜੀ, ਇੱਥੇ ਸਾਡੇ ਟਿੱਬਿਆਂ ਦੇ ਪਾਸੇ ਆ ਨਾ ਬਾਰਡਰ 'ਤੇ ਜੀ ਜੀ, ਇੱਥੇ ਉਹਨੇ ਮਾਰੇ ਜਦੋਂ ਚਾਰ ਬੰਦੇ ਹਿੰਦੂਆਂ ਦੇ ਮਾਰਤੇ ਸੀ ਸਿੱਖਾਂ ਨੇ। ਕਿਹੜੇ ਪਿੰਡ ਦੇ ਉਹਨੇ ਮਾਰੇ? ਜੇਠਪੁਰ ਦੇ, ਜੇਠਪੁਰ ਦੇ, ਠੀਕ ਹੈ ਜੀ। ਚਾਰ ਬੰਦੇ, ਚਾਰ ਬੰਦੇ ਇੱਕੋ ਪਿੰਡ ਦੇ ਮਾਰਤੇ ਸੀ ਉਹਨੇ? ਇੱਕੋ ਪਿੰਡ ਦੇ ਨਹੀਂ, ਇੱਕੋ ਹੀ ਭਰਾ ਹੀ ਪਿਆ ਚਾਰੇ ਮਾਰਦੇ। ਓਹੋ, ਅੱਛਾ, ਕੋਈ ਹਮਲਾ ਕਰਨ ਆਇਆ ਸੀ ਜੋ ਵੈਸੇ? ਨਹੀਂ ਜੀ, ਉਹ ਤਾਂ ਕਿਤੇ ਇੱਧਰ ਨੂੰ ਨਿਕਲੇ, ਇਹ ਮੋਹਰੇ ਕਿਤੇ ਪੈ ਗਏ, ਇਹਨਾਂ ਨੂੰ ਮਾਰ ਛੱਡੇ। ਠੀਕ ਜੀ ਠੀਕ। ਉਹਨਾਂ ਦੇ ਭਤੀਜੇ ਹੈਗੇ ਆ ਦੋ ਪੋਤੇ। ਕਿਹਨਾਂ ਦੇ? ਜਿਹੜੇ ਮਾਰੇ ਚਾਰ ਉਹਨਾਂ ਦੇ, ਉਹਨਾਂ ਦੇ। ਅੱਛਾ 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 ਅੱਛਾ, ਠੀਕ। ਜੇਠਪੁਰ ਦੇ, ਅਤੇ ਬਜ਼ੁਰਗ ਜਦੋਂ ਤੁਸੀਂ ਆਏ ਇੱਥੇ ਪੱਕਾ ਮਕਾਨ ਸੀ ਕੋਈ? ਇੱਕ ਸੀਗਾ, ਉਹ ਘਰ ਚਿਰਾਗ ਦਾ ਹੀ ਦੱਸਦੇ ਆ। ਚਿਰਾਗ ਦਾ ਹੀ ਹੋਣਾ, ਵੱਡਾ ਘਰ ਸੀ ਉਹ? ਹਾਂ, ਚੰਗਾ ਇੱਧਰ ਹੈਗਾ। ਕਿਹੜੇ ਪਾਸੇ ਸੀ ਉਹ ਪਿੰਡ ਦੇ ਚੜ੍ਹਦੇ ਲਹਿੰਦੇ ਕਿੱਥੇ? ਬਸ ਇੱਧਰ ਜਿੱਦਾਂ ਤੁਸੀਂ ਬੈਠੇ ਇਸੇ ਗੁੱਟ 'ਤੇ, ਮਤਲਬ ਇੱਧਰਲੇ ਪਾਸੇ, ਉੱਤਰ ਵੱਲ ਦੇ ਪਾਸੇ ਸੀ। ਹਾਂਜੀ, ਅਤੇ ਚਿਰਾਗ ਦੀ ਜ਼ਮੀਨ ਵੀ ਤਕੜੀ ਹੋਣੀ ਆ। ਜ਼ਮੀਨ ਤਾਂ ਦੋ ਤਿੰਨ ਸਾਰੇ ਇੱਥੇ ਲਾਟੀ ਸੀ, ਜ਼ਮੀਨ ਕਾਫੀ ਸੀ ਮੁਸਲਮਾਨਾਂ ਦੀ। ਠੀਕ ਠੀਕ। ਉੱਦਾਂ ਵੈਸੇ ਰਕਬਾ ਕਿੰਨਾ ਆ ਜੀ ਇਸ ਪਿੰਡ ਦਾ? ਇਹਦਾ ਹੋਣਾ ਜੀ 300। ਉਹ ਜਲੰਧਰ 'ਚ ਪਿੰਡ ਪੈਂਦਾ ਨਾ ਜੀ? ਜਲੰਧਰ ਜੀ। ਠੀਕ ਠੀਕ। ਬਜ਼ੁਰਗੋ, ਹੋਰ ਕੋਈ ਪੁਰਾਣੀ ਗੱਲ ਚੇਤੇ ਆਉਂਦੀ ਹੋਵੇ ਪੁਰਾਣੇ ਵਤਨ ਦੀ, ਪੁਰਾਣੇ ਪਿੰਡ ਦੀ? ਡਾਊਨ ਹੋਵੇ, ਭੁੱਲ ਜਾਂਦਾ ਸਭ ਕੁਝ। ਉੱਥੇ ਆਮ ਲੜਾਈਆਂ ਲੜੂਈਆਂ ਹੁੰਦੀਆਂ ਸੀ ਆਪਸ 'ਚ ਜੱਟਾਂ ਦੀਆਂ? ਲੜਾਈਆਂ ਹੁੰਦੀਆਂ ਸੀਗੀਆਂ। ਕੋਈ ਲੜਾਈ ਮਸ਼ਹੂਰ ਦੱਸੋ। ਨਹੀਂ ਨਹੀਂ, ਗੱਲ ਜਿੱਦਾਂ ਹੋਣਿਆ ਨਾ ਇੱਦਾਂ ਨਹੀਂ, ਪੱਕੀ ਯਾਰੀ ਦੋਸਤੀ ਰੱਖਦੇ। ਜਿੰਨਾ ਯਾਰੀ ਪੈ ਗਈ ਪੈ ਗਈ, ਜਿਹੜਾ ਦੁਸ਼ਮਣ ਆ ਤੇ ਦੁਸ਼ਮਣ ਆ ਬਸ, ਵਿੱਚ ਵਿਚਾਲੇ ਵਾਲੀ ਕੋਈ ਗੱਲ ਨਹੀਂ, ਨਹੀਂ ਅੰਦਰ ਹੋਰ ਤੇ ਬਾਹਰ ਹੋਰ। ਨਾ ਨਾ, ਇਹ ਹੁਣ ਜੂ ਹੈਗੀ, ਇਹਦੀ ਰੁੱਤ ਆ ਗਈ ਹੁਣ ਹੈਗੀ। ਤੁਹਾਨੂੰ ਦੁਆਬੀਏ ਕਿੱਦਾਂ ਦੇ ਲੱਗੇ ਇੱਧਰ ਆ ਕੇ? ਠੀਕ ਠੀਕ,
ਨਹੀਂ ਫਿਰ ਵੀ ਤੁਸੀਂ ਨਵੇਂ ਇਲਾਕੇ 'ਚ ਆਏ, ਤੁਹਾਡੀ ਤਾਂ ਕੋਈ ਰਿਸ਼ਤੇਦਾਰੀ ਵੀ ਨਹੀਂ ਹੋਣੀ ਇੱਧਰ? ਨਾ ਸਰ ਪਤਾ ਹੀ ਨਹੀਂ ਇੱਧਰ, ਹੁਸ਼ਿਆਰਪੁਰ ਵੀ ਹੁੰਦਾ ਜਲੰਧਰ ਵੀ ਹੁੰਦਾ, ਕਿੱਦਾਂ ਦੇ ਲੱਗੇ ਲੋਕ ਇੱਥੇ ਜੋ ਤੁਸੀਂ ਇੱਧਰ ਆਏ, ਪਸੰਦ ਆਏ ਜਾਂ ਕਿੰਨਾ ਸਮਾਂ ਲੱਗ ਗਿਆ ਇਹਨਾਂ ਨਾਲ ਮਾੜਾ ਮੋਟਾ ਸੈੱਟ ਹੋਣ? ਇਹ ਤਾਂ ਕੀਤੀ ਜਦੋਂ ਆਈ ਸਾਂ ਨਾ ਭਬੋਈ ਪਿੰਡ 'ਚ ਬਟਾਲੇ ਦਾ ਕੇ ਜੀ ਜੀ, ਅਤੇ ਸਾਡਾ ਭਰਾ ਸੀ ਸਭ ਤੋਂ ਵੱਡਾ, ਉਹ ਕਿ ਸਾਡੀ ਮਾਂ ਨੇ ਕਿਹਾ ਸਾਗ ਲਿਆ ਤੋੜ ਕੇ ਜੀ, ਉਹ ਸਾਗ ਕਿਹਾ ਜਿਹਾ ਤੋੜਨ ਗਏ ਉਹਨੇ ਚਾਹੇ ਖੇਸੀ ਲਾ ਲਈ, ਇਹਦੀ ਖੇਸੀ ਲਾ ਲਈ ਬਟਾਲੇ ਵਾਲੇ ਨੇ? ਮਤਲਬ ਉਹ ਸਮੇਂ ਇੱਦਾਂ ਦੇ ਸੀਗੇ ਜੀ, ਸਮੇਂ। ਤੁਸੀਂ ਫਿਰ ਕਾਫੀ ਦੁੱਖ ਦੇਖੇ ਹੋਣੇ ਆ ਰਾਹ 'ਚ ਵੀ, ਬਹੁਤ ਜ਼ਿਆਦਾ। ਹਮਲਾ ਹੋਇਆ ਕੋਈ ਹੋਰ ਤੁਹਾਡੇ ਕਾਫਲੇ 'ਤੇ? ਹਮਲਾ ਤਾਂ ਹੁੰਦਾ ਸੀ ਪਰ ਬਚਾ ਹੀ ਰਿਹਾ। ਜੀ 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 ਜੀ, ਜਿਹੜਾ ਪਸਰੂ ਸੀ ਉਹ ਕਸਬਾ ਸੀ ਨਾ, ਉੱਥੇ ਸਾਡਾ ਕੈਂਪ ਲੱਗਾ ਸੀ ਜੀ ਜੀ, ਉਹਦੇ ਵਿੱਚ ਫਿਰ ਇਹਨਾਂ ਨੇ ਕੀਤਾ ਬਲੋਚੀ ਮਿਲਟਰੀ ਜਿੰਨੇ ਹਥਿਆਰ ਸੀ ਨਾ ਜੱਟਾਂ ਦੇ ਕੋਲ ਜੀ, ਸਾਰੇ ਗਡਾਸੀਆਂ ਬਰਸ਼ੇ ਵਾਲੇ ਇੱਕ ਅੰਦਰ ਸਟਾ ਦੇ ਖਾਲੀ ਕਰਕੇ ਉਹਨਾਂ ਤੱਕਿਆ ਸੀ ਮਰਵਾ ਦੇਣੇ ਰਾਜ ਨਾਲੋਂ ਜੀ। ਸਿਆਲਕੋਟ ਦੇ ਭਲਵਾਨ ਵੀ ਮਸ਼ਹੂਰ ਸੀ ਅੰਮ੍ਰਿਤਸਰ ਸਿਆਲਕੋਟ ਦੇ, ਬਹੁਤ ਸੀ ਤੁਹਾਡੇ। ਕੋਈ ਤੁਹਾਡੇ ਨੇੜੇ ਤੇਰੇ ਕੋਈ ਨਾਮਵਰ ਪਹਿਲਵਾਨ ਹੋਵੇ, ਕਬੱਡੀ ਦਾ ਖਿਡਾਰੀ ਹੋਵੇ ਜਾਂ ਵਧੀਆ ਗਾਇਕ ਹੋਵੇ? ਸਾਡੇ ਲਾਗੇ ਤੇ ਇੱਕ ਸੀਗਾ ਗੁੰਗਾ ਪਹਿਲਵਾਨ, ਪੂਰੇ ਰੁਸਤਮੇ ਹਿੰਦ ਸੀ, ਰੁਸਤਮੇ ਹਿੰਦ ਗੁੰਗਾ ਪਹਿਲਵਾਨ ਸੁਣਿਆ ਜੀ। ਉਹਨੂੰ ਤਾਂ ਕੋਈ ਖੂਹ ਜੁੜਦਾ ਹੁੰਦਾ ਆਪ ਬਹੁਤ ਅੰਗਰਾ ਜ਼ੋਰ ਨਹੀਂ ਕੋਈ ਕਰਾ ਸਕਦਾ। ਅੱਛਾ ਜੀ, ਅਸੀਂ ਦੇਖਿਆ ਡੇਰੇ 'ਤੇ ਗਏ, ਮੁਸਲਮਾਨ ਸੀ। ਮੁਸਲਮਾਨ ਸੀ, ਕਿਹੜੇ ਪਿੰਡ ਦਾ ਸੀ? ਉਹ ਪਿੰਡ ਸੈਦਪੁਰ ਦਾ, ਸੈਦਪੁਰ ਦਾ। ਤੁਹਾਡਾ ਗੁਆਂਢੀ ਸੀ ਫਿਰ ਤਾਂ? ਉਹ ਲਾਗੇ ਹੀ ਸੀਗਾ, ਉਹਦਾ ਜ਼ੋਰ ਨਹੀਂ ਕੋਈ ਕਰਾ ਸਕਦਾ, ਮਰ ਗਏ ਐਕਸੀਡੈਂਟ ਨਾਲ। ਐਕਸੀਡੈਂਟ ਨਾਲ ਮਰ ਗਿਆ ਸੀ ਉਹ? ਐਕਸੀਡੈਂਟ ਹੋਇਆ ਸੀ ਉਹ, ਉਦੋਂ ਐਕਸੀਡੈਂਟ ਕਰਨ ਨਾਲ ਹੋ ਗਿਆ। ਦੇਖੋ ਜੀ, ਪਹਾੜੀ ਇਲਾਕੇ 'ਚ ਕਿਤੇ ਹੋਇਆ ਸੀ। ਓਹੋ, ਅੱਛਾ ਅੱਛਾ ਅੱਛਾ, ਗੁੰਗਾ ਪਹਿਲਵਾਨ। ਉਹਨੂੰ ਕੋਈ ਢਾ ਨਹੀਂ ਸਕਦਾ, ਇੱਕ ਵਾਰੀ ਉਹਦੇ ਪਿਓ ਨੇ ਢਵਾਇਆ ਸੀ ਅੰਗਰੇਜ਼ਾਂ ਕੋਲੋਂ। ਉਹ ਕਿਉਂ? ਇਸ਼ਾਰਾ ਉਹ ਕਰਦਾ ਪਿਓ ਦੇ ਇਸ਼ਾਰੇ ਦਾ ਚੱਲਦਾ ਸੀ। ਅੱਛਾ ਜੀ, ਪਤਾ ਨਹੀਂ ਉਹਨੇ ਪੈਸੇ ਦਾ ਕੀ ਕੀਤਾ, ਉਹ ਜਦੋਂ ਉਹਨੇ ਢਾ ਲਿਆ ਨਾ, ਅਤੇ ਫਿਰ ਉਹ ਸਲਾਹ ਪਏ ਲੋਕ, ਫਿਰ ਉਹ ਆਪਣੇ ਹੱਥਾਂ ਦੰਦੀਆਂ ਵੱਡੇ ਪਿੰਡ ਵਿੱਚ ਚੀਰ ਕੇ ਸਿੱਟਦੇ ਆ। ਓਹੋ, ਅਤੇ ਮੈਂ ਪਿਓ ਦਾ ਕਿਹਾ ਮੰਨਣਾ। ਉਹ ਬੱਲੇ ਬੱਲੇ ਬੱਲੇ, ਤੁਸੀਂ ਉਹ ਘੋਲ ਆਪ ਦੇਖਿਆ ਸੀ? ਉਹਦੇ ਤਾਂ ਘੋਲ ਕੀ ਲਾਗੇ ਸੀ ਨਾ ਜਾਂਦੇ। ਤੁਸੀਂ ਉਹਦਾ ਕੋਈ ਘੋਲ ਦੇਖਿਆ ਵੈਸੇ? ਘੋਲ ਤਾਂ ਉਹਦੇ ਕਈ ਸੀਗੇ ਜੀ, ਉਹ ਤਗੜਾ ਬਹੁਤ ਸੀ ਜੀ ਜੀ ਜੀ, ਬਦਾਮਾਂ ਦੀਆਂ ਉਹਨਾਂ ਦੇ ਨਾਲ ਬੋਰੀਆਂ ਉਹਦੇ ਹੁੰਦੀਆਂ ਡੇਰੇ 'ਤੇ, ਸ਼ਰਦਾਈ ਪੀਣੀ ਉਹਨਾਂ ਬਹੁਤ ਤਗੜੇ। ਠੀਕ 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 ਠੀਕ, ਹੋਰ ਕੋਈ ਮਸ਼ਹੂਰ ਬੰਦਾ ਉੱਧਰਲਾ? ਹੋਰ ਮਸ਼ਹੂਰ ਹੁਣ ਸੀਜ਼ਨ ਹੁਣ ਕਈ ਭੁੱਲ ਗਏ। ਅਤੇ ਤੁਹਾਡੇ ਮਨੋਰੰਜਨ ਦਾ ਸਾਧਨ ਕੀ ਹੁੰਦਾ ਸੀ? ਕੋਈ ਨਕਲਾਂ ਨੁਕਲਾਂ ਵੀ ਦੇਖਦੇ ਹੁੰਦੇ ਸੀ? ਇਹ ਤਾਂ ਪਿੰਡ ਪਿੰਡ ਹੀ ਹੁੰਦੀ ਹੈ ਮੁਸਲਮਾਨ ਦੀ। ਤੁਹਾਡੇ ਕਿਹੜੇ ਮਸ਼ਹੂਰ ਸੀ ਨਕਲੀ ਉੱਧਰ? ਕਿਹੜੇ ਪਿੰਡ ਦੇ ਸੀ? ਪਤਾ ਹੀ ਨਹੀਂ, ਇਹ ਨਹੀਂ ਪਤਾ। ਚਲੋ ਠੀਕ ਹੈ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੀ।